ਗੁਰਬਾਣੀ ਦੇ ਵਿੱਚ ਇਹ ਵਚਨ ਆਉਂਦਾ ਹੈ, ਅਭੇਦ ਹੋਵਾਂਗਾ ਰਾਜ ਦੇ ਸਿੰਘ ਆਪਣੇ ਕੋ ਥਾਪ। ਮਹਾਰਾਜ ਨੇ ਵਚਨ ਕੀਤਾ ਮੈਂ ਅਭੇਦ ਹੋ ਜਾਵਾਂਗਾ ਇਹਨਾਂ ਖਾਲਸੇ ਪੰਥ ਦੇ ਵਿੱਚ। ਮਹਾਰਾਜ ਜੀ ਦੇ ਇਹ ਵਚਨ ਜੋ ਅਟਲ ਸੱਚ ਹੋ ਰਹੇ ਹਨ, ਜਦੋਂ ਵੀ ਪੰਜ ਸਿੰਘ ਤਿਆਰ ਬਰ ਤਿਆਰ ਹੁੰਦੇ ਹਨ, ਸਨਦਬੱਧ ਹਨ, ਨਿਤਨੇਮੀ ਹਨ, ਸ਼ਸਤਰ ਵਸਤਰ ਸਜਾਏ ਹਨ, ਜੰਗੀ ਯੋਧੇ ਹਨ, ਉਹਨਾਂ ਦੇ ਦਰਸ਼ਨ ਕਰਦਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਪ ਸਾਕਸ਼ਾਤ ਦਰਸ਼ਨ ਹੁੰਦੇ ਹਨ ਜੀ।